ਸਾਬਣ ਹੈ ਸਾਬਣ ਨਹੀਂ ਹੈ ਯਾਰ, ਲੈਟਰਿਨ ਗਏ ਥੇ ਹਾਥ ਧੋਣ ਕੇ। ਇਸਮੇ ਕਿਆ ਹੈ, ਇਸਮੇ ਕਿਆ ਹੈ, ਹੈ ਖਤਮ ਹੋ ਗਿਆ, ਖਤਮ ਹੋ ਗਿਆ। ਫਿਰ ਆਪ ਲੈਟਰਿਨ ਗਏ ਹੱਥ ਨਹੀਂ ਧੋਗੇ? ਵਾਚਮੈਨ ਤੋਂ ਬੋਲ ਨਹੀਂ ਰਿਹਾ ਕੁਝ, ਹਾਂ ਆਪ ਲੈਟਰਿਨ ਗਏ ਹੱਥ ਨਹੀਂ ਧੋਗੇ? ਨਹੀਂ ਕੋਈ ਵੀ, ਮੈਂ ਤਾਂ ਡਰ ਗਿਆ। ਇੱਕ ਨੰਬਰ ਕਿਆ ਥਾ, ਯਾਰ ਸਾਬਣ ਤਾਂ ਰੱਖਣਾ ਚਾਹੀਏ, ਸਾਬਣ ਤਾਂ ਰੱਖਣਾ ਚਾਹੀਏ। ਸਾਬਣ ਇੱਥੇ ਰਹਿਣ ਨਹੀਂ ਦਿੰਦੇ ਨਾ ਬੰਦੇ, ਇੱਦਾਂ ਦੇ ਥੋੜ੍ਹੇ ਦਿਨ ਹੋਏ ਚੱਲ ਵੀ ਚੱਲ ਨਹੀਂ ਚਾਹੇ ਉੱਧਰ ਦੀ ਬਾਦਰਾਂ ਭੈਣ ਦੀ ਬਾਦਰਾਵਾਂ ਦੀ ਇਹਨਾਂ ਦੇ ਵਿੱਚ ਹੱਡੀਆਂ ਚੜ੍ਹ ਦਿੰਦੀਆਂ, ਭੈਣ ਦੀ ਸਿਗਰਟਾਂ ਛੱਡ ਦਿੰਦੇ ਆ। ਹੋਰ ਜਦੋਂ ਨਾ ਪਾਰਟੀ ਨਹੀਂ ਹੁੰਦੀ ਉਦੋਂ ਰੋਟੀ ਖਾਣ ਦੇ ਉੱਦਾਂ ਮਤਲਬ ਪਰਮਾਨੈਂਟ ਉਹ ਸਾਰੇ ਖਰਾਬ ਕਰਦੇ ਆ। ਅੱਜ ਉਹ ਜਿੱਦਣ ਚਾਲੂ ਕੀਤਾ ਨਾ 5 ਦਿਨ ਹੋਇਆ, ਅੱਛਾ ਬਾਅਦ ਹਾਂ ਸਾਰਾ ਰੰਗ ਰੁੰਗ ਉਦੋਂ ਤਾਲਿਆ ਸੀ ਉਦੋਂ। ਦੇਖੀ 4 ਦਿਨਾਂ ਦੇ ਵਿੱਚ ਭੈਣ ਜੀ ਦਾ ਬੁਰਾ ਹਾਲ ਕਰ ਦੇਣਾ, ਤੋੜ ਪਾਉਣ ਨੂੰ ਭੈਣ ਕਰ ਦਿੰਦੇ ਉੱਧਰ ਬੜੇ। ਹੁਣ ਨਹੀਂ, ਹੁਣ ਸਾਬਣ ਨਹੀਂ ਹੈਗਾ ਇੱਥੇ, ਇੱਥੇ ਜਿਹੜੇ ਨਹੀਂ ਨਹੀਂ ਕੋ ਰੱਖੀਆਂ ਸੀ ਆਹ ਰੱਖੀਆਂ ਸੀ ਹੁਣ ਖਰਾਬ ਨਹੀਂ ਨਹੀਂ ਹੁਣ ਸਾਬਣ ਨਹੀਂ ਹੈਗਾ। ਹੁਣ ਜਿਹੜੇ ਵੇਟਰ ਆਉਂਦੇ ਆ ਬਸ ਲੈਟਰਿਨ ਕਰਕੇ ਉਵੇਂ ਜਾਈ ਜਾਂਦੇ। ਅਗਲਾ ਕਹਿੰਦਾ ਅਸੀਂ ਹਵੇਲੀ 'ਚ ਰੋਟੀ ਖਾ ਕੇ ਆਏ ਹਾਂ, ਹੈਂ ਉਹੀ ਤਾਂ ਗੱਲ ਉਹੀ ਤਾਂ ਗੱਲ ਹੈ। ਅਗਲਾ ਕਹਿੰਦਾ ਜੀ ਹਵੇਲੀ 'ਚ ਖਾਣਾ ਖਾ ਕੇ ਆਏ ਹਾਂ। ਲਿਆਓ ਸ਼ੈਂਪੂ ਹੱਥ ਹੱਥ ਧੋਈਏ। ਸਾਬਣ ਸੂਬਣ ਨਹੀਂ ਹੈ, ਸਾਬਣ ਤਾਂ ਨਹੀਂ ਹੋਊਗਾ, ਸਾਬਣ ਰੱਖਾ ਤਾ ਰੱਖਾ ਤਾ ਆਪ ਲੈਟਰਿਨ ਗਏ ਸੀ ਫਿਰ ਹੱਥ ਨਹੀਂ ਧੋਗੇ? ਦੋਨਾਂ ਤੋਂ ਸਾਫ਼ ਪਰ ਅਬ ਨਹੀਂ ਧੋਣਗੇ। ਉਹਦੇ ਬਾਹਰ ਬਾਹਰ ਲੱਗੀਆਂ ਹੋਈਆਂ ਆ ਜਾ। ਆਜੋ ਵੀ ਆਜੋ ਕਰਾ ਚੜ੍ਹਦੇ। ਇਹ ਦੇਖ ਲਓ ਜੀ, ਇਹ ਆ ਜੀ ਜਲੰਧਰ ਦੀ ਹਵੇਲੀ। ਇਹ ਅਸੀਂ ਵੇਟਰਾਂ ਦੇ ਬਾਥਰੂਮ ਦੇ ਵਿੱਚ ਗਏ ਸੀ ਅਤੇ ਉੱਥੇ ਕੋਈ ਵੀ ਵੇਟਰ ਸਾਬਣ ਨਾਲ ਹੱਥ ਨਹੀਂ ਧੋ ਕੇ ਆਉਂਦਾ, ਉੱਦਾਂ ਹੀ ਖਵਾਈ ਜਾਂਦੇ ਆ। ਵਿੱਚ ਇੱਕ ਦੋ ਦਾ ਬਿਆਨ ਵੀ ਲਿਆ, ਉਹ ਦੱਸ ਰਹੇ ਨੇ ਵੀ ਕੀ ਇੱਥੇ ਚੱਲਦਾ ਕੀ ਨਹੀਂ ਚੱਲਦਾ। ਇਹ ਤੁਸੀਂ ਹੁਣ ਅੱਖੀ ਦੇਖ ਲਓ, ਇਹ ਜਲੰਧਰ ਦੀ ਹਵੇਲੀ ਆ। ਅਗਲਾ ਕਹਿੰਦਾ ਅਸੀਂ ਜੀ ਹਵੇਲੀ 'ਚ ਖਾਣਾ ਖਾ ਕੇ ਆਏ ਹਾਂ ਜੀ, ਸਭ ਨਾਲੋਂ ਵਧੀਆ ਖਾਣਾ ਹਵੇਲੀ 'ਚ।
ਇਹ ਹੈ ਜੀ ਜਲੰਧਰ ਦੀ ਹਵੇਲੀ, ਦੇਖ ਲਓ ਜੀ ਚੰਗੀ ਤਰ੍ਹਾਂ ਦੇਖ ਲਓ ਜਲੰਧਰ ਦੀ ਹਵੇਲੀ। ਬਾਕੀ ਤੁਸੀਂ ਦੇਖ ਹੀ ਲਿਆ ਹੋਣਾ ਬਾਥਰੂਮਾਂ ਦਾ ਹਾਲ ਵੇਟਰਾਂ ਦਾ ਵੀਡੀਓ ਦੇ ਵਿੱਚ ਦੇਖ ਲਿਓ ਜੀ।